ਉਲਟਾ ਨੇ ਬੇਹੱਦ ਜ਼ਿਆਦਾ ਖੁਸ਼ੀ ਇਸ ਤੇ ਜ਼ਾਹਰ ਕੀਤੀ ਹੈ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਕੀ ਕੁਝ ਕਰਦੀ ਹੈ। ਅੱਗੇ ਵਧਦੇ ਹਾਂ, ਤੁਹਾਨੂੰ ਗੱਲ ਕਰਦੇ ਹਾਂ ਲੁਧਿਆਣਾ ਤੋਂ। ਖਬਰ ਹੈ ਜਿੱਥੇ ਆਮ ਆਦਮੀ ਪਾਰਟੀ ਵਿਧਾਇਕ ਪੱਪੀ ਪਰਾਸ਼ਰ ਦੇ ਵੱਲੋਂ ਇੱਕ ਬੇਹੱਦ ਜ਼ਿਆਦਾ ਵਿਵਾਦਿਤ ਬਿਆਨ ਦਿੱਤਾ ਗਿਆ। ਜੀ ਹਾਂ, ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਖਿਲਾਫ ਇੱਕ ਤਲਖ ਟਿੱਪਣੀ ਬਕਾਇਦਾ ਪੱਪੀ ਪਰਾਸ਼ਰ ਨੇ ਕੀਤੀ ਹੈ। ਰਵਨੀਤ ਬਿੱਟੂ ਵਰਕਰਾਂ ਦਾ ਨਹੀਂ ਬਲਕਿ ਅੱਤਵਾਦੀਆਂ ਦਾ ਫੋਨ ਚੁੱਕਦਾ ਹੈ, ਇਹ ਪੱਪੀ ਪਰਾਸ਼ਰ ਦੇ ਵੱਲੋਂ ਕਿਹਾ ਗਿਆ ਹੈ। ਵਾਕਈ ਬੇਹੱਦ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਟਿੱਪਣੀ ਪੱਪੀ ਪਰਾਸ਼ਰ ਦੇ ਵੱਲੋਂ ਦਿੱਤੀ ਗਈ ਤੇ ਕਿਹਾ ਗਿਆ ਰਵਨੀਤ ਬਿੱਟੂ ਵਰਕਰਾਂ ਦਾ ਨਹੀਂ ਬਲਕਿ ਅੱਤਵਾਦੀਆਂ ਦਾ ਫੋਨ ਚੁੱਕਦਾ ਹੈ। ਸਿਕਿਉਰਿਟੀ ਲੈਣ ਖਾਤਰ ਬਿੱਟੂ ਅੱਤਵਾਦੀਆਂ ਦਾ ਫੋਨ ਚੁੱਕਦਾ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਵਨੀਤ ਬਿੱਟੂ ਦੇ ਨਾਲ 4 ਸ਼ਮਸ਼ਿਆਂ ਤੋਂ ਇਲਾਵਾ 5ਵਾਂ ਬੰਦਾ ਚੱਲਦਾ ਨਹੀਂ ਹੈ। ਬਿੱਟੂ ਨੂੰ ਸਾਂਸਦ ਬਣਾ ਕੇ ਲੁਧਿਆਣਾ ਵਾਸੀ ਪਛਤਾ ਰਹੇ ਨੇ। ਰਵਨੀਤ ਬਿੱਟੂ ਨੇ ਵਿਜੀਲੈਂਸ ਬਿਊਰੋ ਤੇ ਆਮ ਆਦਮੀ ਪਾਰਟੀ ਦੇ ਇਸ਼ਾਰੇ ਉੱਤੇ ਚੱਲਣ ਦਾ ਇਲਜ਼ਾਮ ਲਗਾਇਆ। ਵੱਡੀ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਬੇਹੱਦ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਗਿਆ ਹੈ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਪੱਪੀ ਪਰਾਸ਼ਰ ਦੇ ਵੱਲੋਂ। ਇਹ ਵਿਵਾਦਿਤ ਬਿਆਨ ਕੀ ਕੁਝ ਕਿਹਾ ਗਿਆ ਸੁਣਾਵਾਂਗੇ ਜ਼ਰੂਰ। ਬਿੱਟੂ ਨੇ ਸਾਰੀ ਡਰਾਮੇਬਾਜ਼ੀ ਜਿਹੜੀ ਅੱਜ ਇਹ ਫੋਨ ਹੈ ਕਿਸੇ ਦਾ 10 ਸਾਲਾਂ 'ਚ ਇਹਨੇ ਚੱਕਿਆ ਨਹੀਂ ਗਾ। ਇਹਨੂੰ ਕੀ ਪਤਾ ਵਰਕਰ ਕਿਹਨੂੰ ਕਹਿੰਦੇ ਆ, ਇਹ ਤਾਂ ਸਿਰਫ ਬਿਆਨ ਸਿੰਘ ਦੇ ਨਾਮ ਨੂੰ MP ਬਣ ਗਿਆ ਬਸ 2 ਵਾਰੀ ਇੱਥੋਂ ਲੁਧਿਆਣੇ 'ਚੋਂ। ਪਹਿਲਾਂ ਆਨੰਦਪੁਰ ਵਾਲੇ ਲੋਕ ਰੋਂਦੇ ਸੀ ਇਹਨੂੰ ਬਣਾ ਕੇ, ਹੁਣ ਲੁਧਿਆਣੇ ਵਾਲੇ ਲੋਕ ਰੋ ਰਹੇ ਆ ਇਹਨੂੰ ਬਣਾ ਕੇ। ਇਹ ਕੋਈ ਸੇਵਾ ਥੋੜ੍ਹਾ ਕਰਦਾ, ਤਾਂ ਸਿਰਫ ਸਕਿਉਰਿਟੀ ਲੈਂਦਾ, ਇਹ ਸਿਰਫ ਟੈਲੀਫੋਨ ਚੱਕਦਾ ਅੱਤਵਾਦੀਆਂ ਦਾ, ਹੋਰ ਇਹਨੂੰ ਕਿਸੇ ਦਾ ਕੋਈ ਦੂਜੇ ਦਾ ਟੈਲੀਫੋਨ। ਵਰਕਰ ਇਹਨੂੰ ਕੀ ਪਤਾ ਵਰਕਰ ਕੌਣ ਆ, ਵਰਕਰ ਦੇ ਕੋਲ ਨਾ ਕਦੇ ਗਿਆ ਨਾ ਕਦੇ ਆਇਆ। 4 ਰਜਵਾੜਿਆਂ ਦੇ ਘਰ ਜ਼ਰੂਰ ਜਾਂਦਾ ਵਾ ਜਿੱਥੇ ਕਿਤੇ ਕੋਈ ਬੁਲਾ ਲੈਂਦਾ ਵਾ, 4 ਚਮਚੇ ਇਹਦੇ ਨਾਲ ਜਿਹੜੇ ਤੁਰੇ ਫਿਰਦੇ ਆ ਬਸ, ਹੋਰ ਕੋਈ 5ਵਾਂ ਬੰਦਾ ਨਹੀਂ ਇਹਦੇ ਨਾਲ ਹੈ। ਜਦੋਂ ਕਿਸੇ ਵੱਲੋਂ ਕੰਪਲੇਂਟ ਹੁੰਦੀ ਹੈ ਕੋਈ, ਉਹਨੂੰ ਫਰਜ਼ੀ ਨਹੀਂ ਕਿਹਾ ਜਾਂਦਾ। ਜੇ ਹੁਣ ਐਂ ਦੇਖਿਆ ਜਾਵੇ ਤਾਂ ਬਿੱਟੂ ਵੀ ਫਰਜ਼ੀ, ਫਿਰ ਅੱਤਵਾਦੀ ਫਿਰ ਛੱਡ ਦਿਉ ਸਕਿਉਰਿਟੀ, ਕਾਹਨੂੰ ਅੱਤਵਾਦੀਆਂ ਦੇ ਫੋਨ ਚੱਕ ਕੇ ਸਕਿਉਰਿਟੀਆਂ ਲੈਂਦਾ ਫਿਰਦਾ, ਉਹ ਵੀ ਫਰਜ਼ੀ ਹੋਣੇ ਆ। ਫਿਰ ਕਾਨੂੰਨ ਨੇ ਆਪਣਾ ਕੰਮ ਕਰਨਾ, ਜਿਹੜੇ ਬੰਦੇ ਦੇ ਵਿੱਚ ਕੋਈ ਮਾੜਾਪਣ ਨਾ ਹੋਵੇ, ਜਿਹੜੇ ਬੰਦਾ ਕੋਈ ਕਰਪਸ਼ਨ ਨਾ ਕੀਤੀ ਹੋਵੇ, ਉਸ ਬੰਦੇ ਨੂੰ ਤਾਂ ਵਹਿਮ ਕਰਨ ਦੀ ਲੋੜ ਹੀ ਨਹੀਂ। ਇਹਨੂੰ 10 ਸਾਲ ਸਮਾਂ ਹੀ ਦਿੱਤਾ ਲੋਕਾਂ ਨੇ, ਐਵੇਂ ਕਹਿਣ ਨਾਲ ਕੁਛ ਨਹੀਂ ਹੁੰਦਾ। ਬਿਨਾਂ ਸਕਿਉਰਿਟੀ ਤੋਂ ਤੁਰ ਕੇ ਕੋਈ ਸਮਾਂ ਦੇਖੇ ਫਿਰ ਬੰਦਾ ਕਹਿੰਦਾ ਹੁੰਦਾ ਹਾਂ ਸਮਾਂ ਦੇਖਣ ਵਾਲਾ ਬੰਦਾ ਵਾ। 40 ਗਨਮੈਨ ਇਹਨਾਂ ਤਾਂ ਸਾਰੇ ਹੀ ਸਮਾਂ ਦੇਖਦੇ ਰਹਿੰਦੇ ਆ। ਵਾਕਿਨ ਪੱਪੀ ਪਰਾਸ਼ਰ ਦੇ ਬਿਆਨ ਉੱਤੇ ਰਵਨੀਤ ਬਿੱਟੂ ਕਿਹੋ ਜਿਹਾ ਬਿਆਨ ਦੇ ਕੇ ਜਾਂਦੇ ਨੇ, ਇਸ ਦਾ ਵੀ ਇੰਤਜ਼ਾਰ ਜ਼ਰੂਰ ਰਹੇਗਾ। ਇੱਥੇ ਰੁਕਾਂਗੇ ਇੱਕ ਬ੍ਰੇਕ ਦੇ ਲਈ, ਬ੍ਰੇਕ ਦੇ ਉਸ ਪਾਰ ਖਬਰਾਂ ਦਾ ਸਿਲਸਿਲਾ ਰਹੇਗਾ।